ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਤੇ ਅੱਜ ਅ퍼ਾਜੀ ਇਸ ਵੀਡੀਓ ਦੇ ਵਿੱਚ ਡੈਲੀਕਵੈਂਟ ਚਿਲड्रन ਨਾਲ ਜੁੜੇ ਉਹ ਕਵਰ ਕਰਾਂਗੀ ਡੈਲੀਕਵੈਂਟ ਚਿਲड्रन ਹੁੰਦੇ ਨੇ ਰਾਜੀ ਜਿਹੜੇ ਛੋਟੀ ਉਮਰ ਦੇ ਵਿੱਚ ਗਲਤ ਸੰਗਤ ਦੇ ਵਿੱਚ ਪੈ ਜਾਂਦੇ ਨੇ ਗਲਤ ਆਦਤਾਂ ਦੇ ਵਿੱਚ ਪੈ ਜਾਂਦੇ ਨੇ ਚੋਰੀ ਕਰਨ ਦੀ ਆਦਤ ਪੈ ਜਾਂਦੀ ਹੈ ਕਿ ਜਿਨ੍ਹਾਂ ਨੂੰ ਕੁੱਟਮਾਰ ਕਰਨ ਦੀ ਆਦਤ ਪੈ ਜਾਂਦੀ ਹੈ ਕਿ ਕਿਸੇ ਨਾਲ ਫਜ਼ੂਲ ਦੇ ਝਗੜੇ ਕਰਨੇ ਹਨ ਤਤਕਾਲੀ ਚਿਲड्रन ਇਹਨਾਂ ਨੂੰ ਕਹਿੰਦਾ ਤਤਕਾਲੀ ਬੱਚੇ ਸਿਕਰਾ ਪੈਨਾਂ ਦੀ ਇੱਕ ਪ੍ਰੋਪਰ ਜਰੀ ਕਾਮਨ ਡੈਫੀਨੇਸ਼ਨ ਦੀ ਗੱਲ ਕਰੀਏ ਅ ਡੈਲੀਕਵੈਂਟ ਇਜ਼ ਅ ਮਲ ਅਡਜਸਟਡ ਪਰਸਨ ਹੂ ਕਰੀਏ ਟਿਫਿਕਲਟੀਜ਼ ਫਾਰ ਦਾ ਅਦਰ ਹੂ ਇਜ਼ ਹਿਮਸੈਲਫ ਬਲੌਕਡ ਇਨ ਹਿਸ ਓਨ ਹੌਲਸਮ ਗਰੋਥ ਮਤਲਬ ਮਲ ਅਡਜਸਟਡ ਮਤਲਬ ਜਿਹੜੇ ਕਿਤੇ ਵੀ ਅਡਜਸਟ ਨਹੀਂ ਹੁੰਦੇ ਤੇ ਜਿਹੜੇ ਦੂਜਿਆਂ ਲਈ ਪ੍ਰੋਬਲਮਸ ਕਰੀਏਟ ਕਰਦੇ ਨੇਗੇ ਜਿਨ੍ਹਾਂ ਨੇ ਆਪਦੇ ਆਪ ਨੂੰ ਇੱਕ ਬਾਕਸ ਦੇ ਵਿੱਚ ਬੰਦ ਕਰ ਰੱਖਿਆ ਤੇ ਉਹਨਾਂ ਨੂੰ ਲੱਗਦਾ ਸਾਡੀ ਜਿਹੜੀ ਡਿਵੈਲਪਮੈਂਟ ਹੈ ਗਰੋਥ ਹੈ ਇੰਨੇ ਇੱਕ ਫੀਲਡ ਚ ਹੀ ਹੋਣੀ ਹੈ ਅਸੀਂ ਇਸੇ ਚ ਖੋਸ਼ਾ ਠੀਕ ਹੈ ਉਹ ਦੂਜੀ ਤਰ੍ਹਾਂ ਦੀ ਹਿਊਮਨ ਬੀংস ਦੀ ਤਰ੍ਹਾਂ ਨਹੀਂ ਹੁੰਦੇ ਵੱਖਰੇ ਹੁੰਦੇ ਨੇਗੇ ਉਹਨਾਂ ਚ ਕੁਝ ਐਂਟੀ سوشੀਅਲ ਬਿਹੇਵੀਅਰ ਹੁੰਦਾ ਜਿਹੜਾ ਕਿ ਸਮਾਜ ਦੇ ਉਲਟ ਹੁੰਦਾ ਹੈ ਠੀਕ ਹੈ ਉਹ ਪ੍ਰੋਟੈਸਟ ਕਰਦੇ ਨੇ ਹਰ ਇੱਕ ਚੀਜ਼ ਤੇ ਰੋਸ ਪ੍ਰਗਟ ਕਰਦੇ ਨੇਗੇ ਆਪਦੇ ਪੇਰੈਂਟਸ ਦੇ ਪ੍ਰਤੀ ਟੀਚਰਸ ਦੇ ਪ੍ਰਤੀ ਯੋਰ ਵਿਲੀਅਰ ਮੀਨਸ ਕ੍ਰਾਂਤੀ ਬਿਦਰੋਹੀ ਹੁੰਦੇ ਨੇਗੇ ਹਰ ਇੱਕ ਚੀਜ਼ ਦੇ ਵਿੱਚ ਹਨਾ ਸੈਟੀਸਫੈਕਸ਼ਨ ਨਹੀਂ ਲੈ ਕੇ ਆਉਂਦੇ ਮਤਲਬ ਉਹਨਾਂ ਨੂੰ ਹਰ ਇੱਕ ਚੀਜ਼ ਦੇ ਵਿੱਚ ਪ੍ਰੋਬਲਮ ਕ੍ਰੀਏਟ ਕਰਨ ਦੀ ਆਦਤ ਹੁੰਦੀ ਹੈ ਕਿ ਡੈਲੀਕਵੈਂਟ ਜੁਵਨਾਈਲ ਡੈਲੀਕਵੈਂਟ ਆਉਂਦੇ ਨੇ ਕਿ ਜਿਹੜੇ ਬਹੁਤ ਛੋਟੀ ਉਮਰ 18 ਸਾਲ ਤੋਂ ਘੱਟ ਵਾਲੇ ਬੱਚੇ ਆਉਂਦੇ ਨੇ ਠੀਕ ਹੈ ਜ ਜੇ ਮੈਂ ਆ ਗਿਆ ਜੁਵਨਾਈਲ ਡੈਲੀਕਵੈਂਸੀ ਜਿਹਦੇ ਵਿੱਚ ਆ ਗਿਆ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚੇ ਜਿਹੜੇ ਕੋਈ ਕ੍ਰਾਈਮ ਕਰ ਦਿੰਦੇ ਨੇਗੇ ਕੋਈ ਪਨੀਸ਼ੀਬਲ ਟਾਸਕ ਕਰ ਦਿੰਦੇ ਨੇ ਜਿੰਨਾ ਕਰਕੇ ਉਹਨਾਂ ਨੂੰ ਸਜ਼ਾ ਮਿਲਦੀ ਹੈਗੀ ਠੀਕ ਹੈ ਚਾਹੇ ਉਹ ਚੋਰੀ ਆ ਚਾਹੇ ਲੁੱਟਖੋਹ ਆ ਚਾਹੇ ਮਾਰ ਪੀਟਾ ਕੁਝ ਵੀ ਆ ਫੈਕਟਰਸ ਕੰਟਰੀਬਿਊਟਿੰਗ ਟੂ ਡੈਲੀਕਵੈਂਸੀ ਕਿਉਂ ਹੁੰਦੇ ਨੇ ਇਹ ਬੱਚੇ ਪਹਿਲੇ ਆਗੇ ਹੈਰਿਡਿਟਰੀ ਫੈਕਟਰਸ ਸਮ ਟਾਈਮਸ ਬੱਚੇ ਕਿਸੇ ਦੇ ਜੀਨਸ ਦੇ ਵਿੱਚ ਹੀ ਆ ਜਾਂਦਾ ਹੈਗਾ ਪੇਰੈਂਟਸ ਨੂੰ ਆਦਤ ਹੁੰਦੀ ਹੈ ਚੋਰੀ ਕਰਨ ਦੀ ਤਾਂ ਬੱਚਿਆਂ ਚ ਵੀ ਆ ਜਾਂਦੀ ਹੈਗੀ ਸਮ ਹਾਉ ਠੀਕ ਹੈ ਇਹ ਡੈਲੀਕਵੈਂਟਸ ਮਤਲਬ ਟ੍ਰਾਂਸਮਿਟ ਹੁੰਦੇ ਆ ਕਈਆਂ ਦੇ ਪੇਰੈਂਟਸ ਦੇ ਵਿੱਚ ਐਗਰੈਸ਼ਨ ਜ਼ਿਆਦਾ ਹੁੰਦਾ ਹੈ ਹਰ ਇੱਕ ਗੱਲ ਤੇ ਕਿਸੇ ਨੂੰ ਕੁੱਟ ਦੇਣਾ ਤਾਂ ਉਹਦਾ ਦੀ ਆਦਤਾਂ ਬੱਚਿਆਂ 'ਚ ਵੀ ਆ ਜਾਂਦੀਆਂ ਨੇ ਗੀਆਂ ਤਾਂ ਉਹ ਥੋ ਡੈਲੀਕਵੈਂਟ ਬਣ ਜਾਂਦੇ ਆ ਕੋਈ ਉਹਨਾਂ ਤੋਂ ਕ੍ਰਾਈਮ ਹੋ ਜਾਂਦਾ ਛੋਟੀ ਉਮਰ 'ਚ ਤੇ ਉਹਨਾਂ ਨੂੰ ਸਜ਼ਾ ਹੋ ਜਾਂਦੀ ਹੈਗੀ ਠੀਕ ਹੈ ਦੂਜੇ ਆਗੇ ਕਨਸਟੀਟਿਊਸ਼ਨਲ ਫੈਕਟਰਸ ਕਈ ਵਾਰੀ ਤਾਂ ਜਿਹੜੇ ਆਪਣੇ ਕਨਸਟੀਚਿਊਸ਼ਨਲ ਫਾਰਮੈਟ ਯਾਰ ਜਿਹੇ ਉਹਦੇ ਵਿੱਚ ਵੀ ਕਿਸੇ ਤਰ੍ਹਾਂ ਦੀ ਇਨਫਰੀਅਰਿਟੀ ਜਾਂ ਅਗਰੈਸਿਵਨੈਸ ਆ ਜਾਂਦੀ ਹੈ ਕਿ ਕਈ ਵਾਰੀ ਕੋਈ ਲਾਅ ਇਦਾਂ ਦਾ ਹੁੰਦਾ ਹੈ ਜਿਹੜਾ ਕਿਸੇ ਦੇ ਫੇਵਰ ਚ ਨਹੀਂ ਹੁੰਦਾ ਤਾਂ ਉੱਥੇ ਵੀ ਜਿਹੜੇ ਕੀ ਐ ਇਦਾਂ ਦੇ ਬੱਚੇ ਨਾ ਜਿਹੜੇ ਉਹ ਪੈਦਾ ਹੋ ਜਾਂਦੇ ਨੇ ਠੀਕ ਹੈ ਸਪੈਸ਼ਲੀ ਆਪਾਂ ਗੈਂਗਸਟਰਸ ਦੀ ਗੱਲ ਕਰਦੇ ਆਂਗੇ ਸਮ ਟਾਈਮਸ ਕਿਸੇ ਕੇ ਇਸ ਨੂੰ ਲੈ ਕੇ ਪੁਲਿਸ ਤੇ ਹੱਥ ਵਿੱਚ ਉਹ ਚੀਜ਼ ਨਹੀਂ ਹੁੰਦੀ ਉਹਦਾ ਪ੍ਰੋਪਰ ਸੋਲੂਸ਼ਨ ਉਸ ਟਾਈਮ ਤੇ ਨਹੀਂ ਮਿਲਦਾ ਤਾਂ ਉਸ ਚੱਕਰ ਦੇ ਵਿੱਚ ਉਹ ਬੱਚੇ ਵਿਦਰੋਹ ਲੈਣ ਦੇ ਲਈ ਆਪਣਾ ਬਦਲਾ ਲੈਣ ਦੇ ਲਈ ਵਿਦਰੋਹ ਕਰ ਦਿੰਦੇ ਨੇਗੇ ਹਨਾ ਗਲਤ ਰਸਤੇ ਤੇ ਚਲੇ ਜਾਂਦੇ ਨੇਗੇ ਸਕੂਲ ਫੈਕਟਰਸ ਆਗੇ ਸਕੂਲ ਦੇ ਵਿੱਚ ਪ੍ਰੋਪਰ ਕਰਿਕੂਲਮ ਨਹੀਂ ਹੈਗਾ ਪ੍ਰੋਪਰ ਟੀਚਿੰਗ ਮੈਥਡਸ ਨਹੀਂ ਹੈਗੇ ਕਰਿਕੂਲਰ ਐਕਟੀਵਿਟੀਆਂ ਨਹੀਂ ਹੈਗੀਆਂ ਕੋਈ ਕੰਟਰੋਲ ਨਹੀਂ ਹੈਗਾ ਟੀਚਰ ਦਾ ਬੱਚਿਆਂ ਦੇ ਉਹਨਾਂ ਦੇ ਅਨਡਿਜ਼ਾਇਰੇਬਲ ਬਿਹੇਵੀਅਰ ਤੇ ਕਿੱਦਾਂ ਉਹਨਾਂ ਨੇ ਕਲਾਸ 'ਚ ਬੈਠਣਾ ਹੈ, ਉੱਠਣਾ ਹੈ। ਜੇਕਰ ਸਪੋਜ਼ ਕੋਈ ਬੱਚਾ ਹੈਗਾ, ਉਹਨੇ ਫਸਟ ਟਾਈਮ ਸਕੂਲ ਦੇ ਵਿੱਚ ਚੋਰੀ ਕੀਤੀ ਆ, ਕਲਾਸ 'ਚ ਕੋਈ ਚੋਰੀ ਕੀਤੀ ਆ। ਉਸ ਟਾਈਮ ਤੇ ਉਹਨੂੰ ਕਿੱਦਾਂ ਦਾ ਟਰੀਟ ਕੀਤਾ ਗਿਆ? ਉਹਨੂੰ ਮਾਰਿਆ ਗਿਆ, ਕੁੱਟਿਆ ਗਿਆ, ਜਾਂ ਸਮਝਾਇਆ ਗਿਆ, ਜਾਂ ਉਹਨੂੰ ਕੋਈ ਐਗਜ਼ਾਮਪਲ ਦੇ ਕੇ ਉਹਦੇ ਸਾਹਮਣੇ ਲਾਈਵ ਕੁਝ ਓਦਾਂ ਦਾ ਉਹਨੂੰ ਦੱਸਿਆ ਗਿਆ ਵੀ ਤੇਰੇ ਨਾਲ ਇਦਾਂ ਹੋ ਸਕਦਾ ਹੈ। ਤਾਂ ਉਸ ਚੀਜ਼ ਨਾਲ ਛਾਰੀਆਂ ਚੀਜ਼ਾਂ ਦੇ ਰਿਜ਼ਲਟ ਵੱਖਰੇ-ਵੱਖਰੇ ਹੋਣਗੇ। ਹਾਂ ਨਾ ਮੈਨੂੰ ਲੱਗਦਾ ਮਾਰ ਕੁੱਟ ਵੀ ਜੇ ਉਸ ਟਾਈਮ ਤੇ ਆਪਾਂ ਕਰਦੇ ਆ ਉਹ ਚੀਜ਼ ਵੀ ਗਲਤ ਹੈ ਆਪਾਂ ਬੱਚਿਆਂ ਨੂੰ ਜਿਹੜੇ ਬੱਚੇ ਆਲਰੇਡੀ ਕੋਈ ਗਲਤ ਰਾਹ ਤੇ ਨੇ ਆਪਾਂ ਉਹਨਾਂ ਨੂੰ ਕੁੱਟ ਕੇ ਵੀ ਨਹੀਂ ਸਮਝਾ ਸਕਦੇ ਉਹਨਾਂ ਨੂੰ ਪਿਆਰ ਨਾਲ ਹੀ ਸਮਝਾਇਆ ਜਾ ਸਕਦਾ ਹੈ ਠੀਕ ਹੈ ਤਾਂ ਸਕੂਲ ਦਾ ਬਹੁਤ ਵੱਡਾ ਰੋਲ ਹੈਗਾ ਨੈਕਸਟ ਆ ਗਿਆ ਸਕੂਲ ਤੋਂ ਵੀ ਵੱਡਾ ਰੋਲ ਰਾਜੇ ਫੈਮਲੀ ਦਾ ਜਿੱਕਰ ਫੈਮਲੀ ਪੋਸਟ ਪਾਵਰਟੀ ਲਾਈਨ ਤੇ ਆ ਗਈ ਪੂਰ ਹੈਗੀ ਗਰੀਬ ਹੈਗੀ ਤਾਂ ਉਸ ਟਾਈਮ ਤੇ ਬੱਚਿਆਂ ਨੂੰ ਸ਼ੁਰੂ ਤੋਂ ਹੀ ਦੱਸਣਾ ਕਿ ਆਪਣੇ ਜਿਹੜੇ ਨੀਡਸ ਨੇ ਜਿਹੜੇ ਆਪਣੇ ਡਿਜ਼ਾਇਰ ਨੇ ਉਹ ਇਦਾਂ ਦੇ ਹੋ ਸਕਦੇ ਨਹੀਂਗੇ ਬੱਚਿਆਂ ਨੂੰ ਛੋਟੇ ਹੁੰਦਿਆਂ ਨੂੰ ਇਦਾਂ ਦੇ ਖਾਬ ਦਿਖਾ ਦੇਣੇ ਜਿਹੜੇ ਉਹਨਾਂ ਦੇ ਕਦੇ ਪੂਰੇ ਹੀ ਨਾ ਹੋਣ ਤੇ ਉਹ ਪੂਰੇ ਕਰਨ ਦੇ ਲਈ ਉਹ ਗਲਤ ਰਸਤਾ ਚੂਜ਼ ਕਰ ਲੈਣ ਹਨਾ ਤਾਂ ਉੱਥੇ ਉਹ ਡੈਲੀਕੁਐਂਟੀ ਬਣਨਗੇ ਤਾਂ ਮਤਲਬ ਪੇਰੈਂਟਸ ਦਾ ਕੰਟਰੋਲ ਹੋਣਾ ਚਾਹੀਦਾ ਹੈ ਉਹਨਾਂ ਦੇ ਜਿਹੜੇ ਉਹਨਾਂ ਦੇ ਡਿਜ਼ਾਇਰਸ ਆ ਜਿਹੜੇ নো ਡਾਊਟ ਸੁਪਨੇ ਦੇਖਣ ਦਾ ਹੱਕ ਸਾਰਿਆਂ ਨੂੰ ਹੈ ਬਟ ਕਹਿੰਦੀ ਆਪਣੀ ਚਾਦਰ ਦੇਖ ਕੇ ਪੈਰ ਪਸਾਰਨਾ ਚਾਹੀਦੇ ਹਨਾ ਤਾਂ ਉਹ ਚੀਜ਼ਾਂ ਵੀ ਉਹਨਾਂ ਬੱਚਿਆਂ ਨੂੰ ਕਲੀਅਰ ਹੋਣੀਆਂ ਚਾਹੀਦੀਆਂ ਨੇਗੀਆਂ ਅਨ ਅਕੋਰਡਿੰਗ ਟੂ ਥੇਅਰ ਏਜ ਉਹ ਕਿਸ ਏਜ ਦੇ ਨੇਗੇ ਹਨਾ ਰੇ ਮੀਰੀਅਲ ਮੈਜਰਸ ਆਪਾਂ ਕਿਵੇਂ ਇਹਨਾਂ ਚੀਜ਼ਾਂ ਨੂੰ ਬੱਚਿਆਂ ਨੂੰ ਇਹਨਾਂ ਚੀਜ਼ਾਂ ਤੋਂ ਬਚਾ ਸਕਦੇ ਹਾਂਗੇ ਕੀ ਕਰ ਸਕਦੇ ਹਾਂਗੇ ਪਹਿਲੀ ਗੱਲ ਆ ਗਈ ਜੀ ਐਜੂਕੇਟ ਦਾ ਪੇਰੈਂਟਸ ਉਹਨਾਂ ਦੇ ਮਾਪਿਆਂ ਨੂੰ ਪੜਾਓ ਠੀਕ ਹੈ ਉਹਨਾਂ ਨੂੰ ਐਜੂਕੇਟ ਕਰੋ ਉਹਨਾਂ ਨੂੰ ਕਹੋ ਕਿ ਉਹ ਸਮਝਣ ਆਪਣੇ ਬੱਚਿਆਂ ਨੂੰ ਉਹਨਾਂ ਨੂੰ ਅਵੇਅਰ ਕਰਨ ਉਹਨਾਂ ਨੂੰ ਪ੍ਰੋਪਰ এনवायरमेंट ਪ੍ਰੋਵਾਈਡ ਕਰਨ ਤੇ ਉਹਨਾਂ ਦੀਆਂ ਨੀਡਸ ਜਿੱਥੋਂ ਤੱਕ ਹੋ ਸਕਣ ਫੁੱਲਫਿਲ ਕਰਨ ਜਾਂ ਫਿਰ ਉਦਾਂ ਦੀਆਂ ਨੀਡਸ ਉਹਨਾਂ ਨੂੰ ਪੈਦਾ ਹੋਣ ਹੀ ਨਾ ਦੇਣ ਜਿਹੜੀਆਂ ਉਹ ਪੂਰੀਆਂ ਨਹੀਂ ਕਰ ਸਕਦੇ ਠੀਕ ਹੈ ਉਹਨਾਂ ਨਾਲ ਬੈਸਨ ਦੀ ਬਜਾਏ ਉਹਨਾਂ ਨੂੰ ਕੁੱਟਣ ਮਾਰਨ ਦੀ ਬਜਾਏ ਉਹਨਾਂ ਨੂੰ ਸਮਝਣ ਦੀ ਲੋੜ ਹੈ ਤੇ ਉਹਦੇ ਲਈ ਪੇਰੈਂਟਸ ਦਾ ਪੜਿਆ ਹੋਣਾ ਐਜੂਕੇਟ ਹੋਣਾ ਜ਼ਰੂਰੀ ਹੈਗਾ ਠੀਕ ਹੈ ਸੇਵ ਦਾ ਚਾਈਲਡ ਫਰਮ ਬੈਡ ਕੰਪਨੀ ਦਾ ਜੇ ਕੰਪਨੀ ਮੈਟਰਸ ਆ ਲੋਡ ਤੁਹਾਡਾ ਪੀਅਰ ਗਰੁੱਪ ਕੀ ਆ ਤੁਹਾਡਾ ਸਰਕਲ ਕੀ ਆ ਬਹੁਤ ਮੈਟਰ ਕਰਦਾ ਠੀਕ ਹੈ ਤਾਂ ਆਪਦੇ ਬੱਚੇ ਤੇ ਜਦੋਂ ਸਕੂਲ ਚ ਹੈ ਕਾਲਜ ਆ ਤਾਂ ਇੰਨਾ ਜ਼ਰੂਰ ਧਿਆਨ ਰੱਖਣਾ ਚਾਹੀਦਾ ਕਿ ਉਹ ਕਿਹੜੀ ਸੰਗਤ ਚ ਬੈਠ ਰਿਹਾ ਉੱਠ ਰਿਹਾ మేక్ స్కూల్ ఎడ్యుకేషన్ స్కూల్ ఎన్వైరన్మెంట్ హెల్తీ జిڑا بھی ਸਕੂਲ ఎడ్యుకేషన్ ਹੈ జిڑا بھی ਸਕੂਲ ਦਾ এনवायरमेंट ਹੈ ਉਹ హెల్తీ ఇన్ ద ਸੈਂਸ ਕਿ ਉਹ بچے ਲਈ हेल्पफुल ਹੋਵੇ بچے ਲਈ ਜਿਹੜਾ ਜੁਆਇਫੁਲ ਹੋਵੇ ਉੱਥੇ ਉਹ ਇਹ ਨਾ ਹੋਵੇ ਕਿ بچہ ਕੁਝ ਗਲਤ ਹੀ ਸਿੱਖ ਕੇ ਜਾ ਰਿਹਾ ਹੋਵੇ ਸਕੂਲ ਚੋਂ ਹੀ ਹਨਾ ਤਾਂ ਇਦਾਂ ਦੀ ਉੱਥੇ ਕੋਈ ਵੀ ਇਦਾਂ ਦੀ ਕੋਈ ਐਕਟੀਵਿਟੀ ਇਦਾਂ ਦਾ ਕੁਝ ਵੀ ਨਹੀਂ ਹੋਣਾ ਚਾਹੀਦਾ ਠੀਕ ਹੈ ਆਰਗੇਨਾਈਜ਼ ਗਾਈਡਡ ਗਰੁੱਪ ਐਕਟੀਵਿਟੀਆਂ ਕੋਈ ਇਦਾਂ ਦੇ ਪਲੇ ਕਰਾਉਣੇ ਚਾਹੀਦੇ ਆਗੇ ਰੈਲਿਸ ਕਰਾਉਣੀਆਂ ਚਾਹੀਦੀਆਂ ਨੇਗੀਆਂ ਸੋਸ਼ਲ ਸਰਵਿਸਿਜ਼ ਕਰਾਉਣੀਆਂ ਚਾਹੀਦੀਆਂ ਨੇ ਜਿੰਨਾ ਤੋਂ ਬੱਚਿਆਂ ਨੂੰ ਸਿੱਖ ਮਿਲੇ ਜਿੰਨਾ ਤੋਂ ਉਹਨਾਂ ਨੂੰ ਸਮਝ ਆਵੇ ਕਿ ਸਾਡੇ ਸਮਾਜ ਦੀ ਨੀਡ ਕੀ ਹੈ ਤੇ ਜਿੰਨੇ ਵੀ ਇਹ ਮਤਲਬ ਕ੍ਰਾਈਮ ਨੇਗੇ ਚੋਰੀ ਕਰਨਾ ਕੁੱਟਣਾ ਮਾਰਨਾ ਸਾਰੇ ਪੈਨਿਸ਼ੇਬਲ ਨੇ ਵੀ ਹਾਂ ਇਹਨਾਂ ਦੀ ਸਜ਼ਾ ਮਿਲੂਗੀ ਠੀਕ ਹੈ ਉਹਨਾਂ ਦੀ એનર્ਜੀ ਨੂੰ ਉਹਨਾਂ ਦੇ ਇਮੋਸ਼ਨਸ ਨੂੰ ਚੈਨਲਾਈਜ਼ ਕਰਨਾ ਕਿਸੇ ਵਧੀਆ ਐਕਟੀਵਿਟੀਆਂ 'ਚ ਕੋਈ ਯੂਸਫੁਲ ਐਕਟੀਵਿਟੀਆਂ ਕਰਾ ਕੇ ਠੀਕ ਹੈ ਉਹਨਾਂ ਨੂੰ ਮੋਰਲ ਤੇ ਰਿਲੀਜੀਅਸ ਐਜੂਕੇਸ਼ਨ ਪ੍ਰੋਵਾਈਡ ਕਰਨੀ ਰਹੇ ਜੇ ਮੋਰਲ ਐਜੂਕੇਸ਼ਨ ਹੋ ਗਿਆ ਵਾਟ ਇਜ਼ ਰੋਂਗ ਵਾਟ ਇਜ਼ ਰਾਈਟ ਹੈ ਨਾ ਰਿਲੀਜੀਅਸ ਐਜੂਕੇਸ਼ਨ ਦੇ ਰਿਲੀਜੀਅਸ ਇਨਲਾਈਟਨਮੈਂਟਸ ਹੋ ਗਿਆ ਕਿ ਹਰ ਇੱਕ ਧਰਮ ਬਰਾਬਰ ਹੈ ਕਿਸੇ ਧਰਮ ਦੀ ਕੋਈ ਨਿੰਦਿਆ ਨਹੀਂ ਕਰਨੀ ਚਾਹੀਦੀ ਕਿਸੇ ਧਰਮ ਨੂੰ ਲੈ ਕੇ ਲੜਾਈ ਨਹੀਂ ਕਰਨੀ ਚਾਹੀਦੀ ਠੀਕ ਹੈ ਸੁਪਰੀਗੋ ਦਾ ਕਨਸੈਪਟ ਸਮਝਾਣਾ ਕਿ ਇਡ ਕੀ ਆਏਗੋ ਕੀ ਹੈ ਸੁਪਰੀਗੋ ਕੀ ਹੈ ਉਮੀਦ ਹੈ ਬੱਚੇ ਤੁਹਾਨੂੰ ਇਹ ਜਿਹੜਾ ਡੈਲੀਕੁਐਂਸੀ ਵਾਲਾ ਹੈਗਾ ਛੋਟਾ ਜਿਹਾ ਟੌਪਿਕ ਹੈ ਤੁਹਾਨੂੰ ਸਮਝ ਆ ਗਿਆ ਹੋਊਗਾ ਬੇਸਿਕਲੀ ਜੇ ਤਾਂ ਤੁਹਾਨੂੰ ਪੇਪਰ ਦੇ ਵਿੱਚ ਦੋ ਚਿਲड्रन ਇਕੱਠੇ ਪੁੱਛੇ ਗਏ ਨੇ ਤਾਂ ਤਾਂ ਤੁਸੀਂ ਕੁਐਸਚਨ ਲੌਂਗਲੀ ਅਟੈਂਪਟ ਕਰਿਓ ਅਦਰਵਾਈਜ਼ ਸ਼ਾਰਟਲੀ ਹੀ ਮੰਨਦੇ ਆਗੇ ਜੇਕਰ ਇੱਕ ਚਿਲड्रन ਆਂਦੇ ਗਿਫਟਡ ਚਿਲड्रन ਤੇ ਕ੍ਰੀਏਟਿਵ ਚਿਲड्रन ਲੌਂਗ ਚ ਜਾ ਸਕਦੇ ਆ ਡੈਲੀਕੁਐਂਟ ਚਿਲड्रन ਤੇ ਸਲੋ ਲਰਨਰਸ ਸ਼ਾਰਟਲੀ ਹੀ ਮੰਨਦੇ ਨੇਗੇ ਠੀਕ ਹੈ ਬਾਕੀ ਫਿਰ ਵੀ ਜੇਕਰ ਤੁਹਾਨੂੰ ਕੋਈ ਡਾਊਟ ਹੋਇਆ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋਗੇ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਧੰਨਵਾਦ